ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਕੀ ਹਾਲ ਆ? ਠੀਕ ਹੋ? ਅਤੇ ਅੱਜ ਆਪਾਂ ਇੱਕ ਹੋਰ ਮੱਝ ਜਿਹੜੀ ਚੰਗੀ ਵਿਕ ਕੇ ਸੇਲ ਹੋ ਕੇ ਇੱਧਰੋਂ ਹਰਿਆਣੇ ਦੇ ਵਿੱਚੋਂ ਆਂਧਰਾ ਪ੍ਰਦੇਸ਼ ਦੇ ਵਿੱਚ ਗਈ ਸੀ, ਉਹਦੀ ਆਪਾਂ ਗੱਲ ਕਰਾਂਗੇ। ਅਤੇ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਅੱਜ ਚਿੰਤਨ ਬੁੱਲ ਅਤੇ ਅਭਿਮਨਿਊ ਬੁੱਲ ਦੀ ਵੀ ਗੱਲ ਕਰਾਂਗੇ ਆਪਾਂ। ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਤੁਹਾਨੂੰ ਮੱਝ ਸਕਰੀਨ ਦੇ ਉੱਤੇ ਦਿਸ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ। ਇਹਦਾ ਨਾਂ ਹੈ ਰਾਣੀ ਮੱਝ, ਹੈ ਨਾ। ਇਹ ਮੱਝ ਇੱਥੋਂ ਸੇਲ ਹੋ ਕੇ ਗਈ ਹੋਈ ਸੀਗੀ ਆਂਧਰਾ ਪ੍ਰਦੇਸ਼ ਦੇ ਵਿੱਚ, ਅਤੇ ਉਹਨਾਂ ਟਾਈਮਾਂ ਦੇ ਵਿੱਚ ਇਹ 16-17 ਲੱਖ ਰੁਪਏ ਦੀ ਸੇਲ ਹੋਈ ਸੀਗੀ ਇੱਧਰੋਂ। ਅਤੇ ਇਹਦਾ ਜਿਹੜਾ ਦੁੱਧ ਰਿਕਾਰਡ ਸੀਗਾ ਉਹ ਇੱਧਰ HLD ਦੇ ਵਿੱਚ ਰਿਕਾਰਡ ਹੋਇਆ ਸੀਗਾ 29 ਕਿਲੋ 800 ਗ੍ਰਾਮ, ਜਿਹੜਾ HLD ਦੇ ਵਿੱਚ ਰਿਕਾਰਡ ਹੋਇਆ ਸੀ ਇੱਧਰ। ਤਾਂ ਇਹ ਦੁੱਧ ਦੇ ਨਾਲ ਨਾਲ ਇਹ ਹੋਰ ਖਾਸੀਅਤ ਇੱਕ ਵੀ ਦੁੱਧ ਦੇ ਨਾਲ ਨਾਲ ਇਹ ਬਿਊਟੀ ਵਾਲੀ ਬਹੁਤ ਮੱਝ ਹੈਗੀ ਹੈਗੀ, ਬਹੁਤ ਜ਼ਿਆਦਾ ਬਿਊਟੀ ਹੈ ਮੱਝ ਦੇ ਵਿੱਚ। ਬਾਕੀ ਤੁਸੀਂ ਦੇਖ ਰਹੇ ਹੋ ਹੁਣ ਤਾਂ ਸਿੰਗ ਇਹਦੇ ਬਹੁਤ ਜ਼ਿਆਦਾ ਸੋਹਣੇ, ਸਿੰਗ ਬੂਤ ਦੇਖ ਲਓ, ਹੈ ਨਾ, ਬਹੁਤ ਜ਼ਿਆਦਾ ਲੰਮੀ ਮੂੰਹ, ਜਿਹੜੀ ਮੂੰਹ ਦੀ ਸ਼ੇਪ ਬਣੀ ਹੋਈ ਹੈ, ਹੈ ਨਾ। ਅਤੇ ਪਿਓਰ ਮੋਹਰਾ ਦੇ ਵਿੱਚ ਜਿਹੜੀਆਂ ਆਪਾਂ ਮੱਝਾਂ ਦੀ ਗੱਲ ਕਰਦੇ ਹਾਂ, ਪਿਓਰ ਮੋਹਰਾ ਦੇ ਵਿੱਚ ਇਹ ਮੱਝ ਹੈ। ਪਿੱਠ ਪੁੜਾ ਬਹੁਤ ਜ਼ਿਆਦਾ ਸੋਹਣਾ, ਬਾਕੀ ਖੁੱਲ੍ਹੇ ਜਿਹੇ ਸਰੀਰ ਦੀ ਮੱਝ ਹੈ, ਹੈ ਨਾ। ਬੇਲ ਬੂਲ ਵਧੀਆ ਲੰਮੀ ਹੈ, ਕੱਦ ਕਾਠ ਸੋਹਣੀ, ਜਿਹੜਾ ਇਹਦਾ ਪੂਰੀ ਬਾਡੀ ਦਾ ਜਿਹੜਾ ਢਾਂਚਾ ਹੈ ਉਹ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਤਾਂ ਇਹ ਮੱਝ ਉੱਧਰ 12ਵੇਂ 13ਵੇਂ ਸੂਏ ਹੋਊਗੀ, ਬਹੁਤ ਜ਼ਿਆਦਾ ਚੰਗੀ ਮੱਝ ਹੈ ਇਹ। ਇਹਦਾ ਇੱਧਰ ਰਿਕਾਰਡ ਹੋਇਆ ਸੀਗਾ 29 ਕਿਲੋ 800 ਗ੍ਰਾਮ, ਜਿਹੜਾ ਇਹਦਾ ਪੂਰੇ ਸੂਏ ਦਾ ਜਿਹੜਾ ਦੁੱਧ ਰਿਕਾਰਡ 305 ਦਿਨਾਂ ਦਾ ਜਿਹੜਾ ਹੋਇਆ ਸੀਗਾ, ਉਹ 5780 ਕਿਲੋਗ੍ਰਾਮ ਰਿਕਾਰਡ ਇਹਦਾ ਹੋਇਆ ਕਹਿੰਦੇ। ਅਤੇ ਉੱਧਰ ਜਾ ਕੇ ਕਰਵਾਇਆ ਸੀਗਾ ਉਹਨਾਂ ਨੇ ਰਿਕਾਰਡ, ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਨਾ ਵੀ APLDB ਨਾਂ ਦੀ ਉੱਧਰ ਸੰਸਥਾ ਬਣੀ ਹੋਈ ਹੈ, ਜਿਵੇਂ ਇੱਧਰ ਹਰਿਆਣੇ ਦੇ ਵਿੱਚ HLDB ਹੈ, ਉਵੇਂ ਉੱਧਰ ਸੰਸਥਾ ਬਣੀ ਹੋਈ ਹੈ ਇੱਕ। ਅਤੇ ਉਹ ਸੰਸਥਾ ਦੇ ਵਿੱਚ ਇਹ ਮੱਝ ਦਾ ਰਿਕਾਰਡ ਹੋਇਆ ਸੀਗਾ ਦੁੱਧ, ਅਤੇ ਉੱਧਰ ਲਿਜਾ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਫਿਰ ਉੱਧਰ ਰਿਕਾਰਡ ਕਰਵਾਇਆ ਸੀਗਾ। ਅਤੇ ਇਹ ਦੁੱਧ ਦੇ ਨਾਲ ਨਾਲ ਇਹ ਮੱਝ ਬਿਊਟੀ ਕੰਪੀਟੀਸ਼ਨ ਵਾਲੀ ਵੀ ਮੱਝ ਸੀਗੀ, 2013-14 ਦੇ ਜਿਹੜੇ ਮੇਲਿਆਂ ਦੇ ਵਿੱਚ ਇਹ ਮੱਝ ਜਾਂਦੀ ਰਹੀ ਆ ਉਦੋਂ। ਅਤੇ ਬਹੁਤ ਜ਼ਿਆਦਾ ਬਿਊਟੀ ਵਾਲੀ ਮੱਝ ਸੀਗੀ ਚੰਗੀ, ਅਤੇ ਲੋਕ ਇਹਨੂੰ ਰਾਣੀ ਦੇ ਨਾਂ ਨਾਲ ਜਾਣਦੇ ਸੀਗੇ। ਅਤੇ ਬਹੁਤ ਟਾਈਮ ਪਹਿਲਾਂ ਇਹ ਸੇਲ ਹੋ ਕੇ ਹਰਿਆਣੇ ਦੇ ਵਿੱਚੋਂ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਗਈ ਸੀਗੀ। ਅਤੇ ਇਹਦੀਆਂ ਮੱਝਾਂ ਜਿਹੜੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨਾ, ਬਿਊਟੀ ਬਹੁਤ ਜ਼ਿਆਦਾ ਹੈ, ਜੈੱਡ ਬਲੈਕ ਮੱਝ ਹੈਗੀ, ਬਹੁਤ ਜ਼ਿਆਦਾ ਸੋਹਣੀ, ਪਿਓਰ ਮੋਹਰਾ ਦੇ ਵਿੱਚ, ਅਤੇ ਜੈੱਡ ਬਲੈਕ ਹੈ। ਥਾਲੇਵੇ ਦੀ ਤੁਸੀਂ ਬਣਾਵਟ ਦੇਖੋ ਨਾ ਕਿੰਨੀ ਜ਼ਿਆਦਾ ਸੋਹਣੀ ਹੈ, ਪਿੱਠ ਪੁੜਾ ਬਹੁਤ ਜ਼ਿਆਦਾ ਸੋਹਣਾ ਇਹਦਾ ਮੱਝ ਦਾ। ਬਾਕੀ ਜਿਹੜਾ ਇੱਕ ਹੋਰ ਮੋਹਰਾ ਦੇ ਵਿੱਚ ਖਾਸੀਅਤ ਹੁੰਦੀ ਹੈ ਵੀ ਜਿਵੇਂ ਹੁਣ ਇਹਦਾ ਰੰਗ ਹੈ ਜਿਹੜਾ ਉਹ ਜੈੱਡ ਬਲੈਕ ਦਾ ਮਤਲਬ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਡਾਰਕ ਕਾਲਾ, ਹੈ ਨਾ, ਉਹ ਹੈ। ਅਤੇ ਕਿਤੋਂ ਵੀ ਐਂ ਨਹੀਂ ਹੈਗਾ ਵੀ ਯਾਰ ਇਹ ਲਾਲੀ ਜੀ ਮਾਰਦੀ ਹੋਊਗੀ ਮੱਝ, ਅਤੇ ਡਾਰਕ ਹੈ ਬਲੈਕ, ਅਤੇ ਇਹ ਖਾਸੀਅਤ ਹੈ ਇਹਦੀ। ਬਾਕੀ ਥਾਲੇਵਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਹੋਇਆ, ਅਤੇ ਬਹੁਤ ਘੱਟ ਇਹਦੀਆਂ ਮੱਝਾਂ ਨਿਕਲਦੀਆਂ, ਤਾਂ ਹੀ ਇੰਨੀ ਜ਼ਿਆਦਾ ਕੀਮਤ ਦੇ ਉੱਤੇ ਇਹ ਸੇਲ ਹੁੰਦੀਆਂ ਮੱਝਾਂ। ਅਤੇ ਜਿੰਨੀਆਂ ਮੱਝਾਂ ਯਾਰ ਖਰੀਦ ਕੇ ਲਗੇ ਹੈ ਆਂਧਰਾ ਪ੍ਰਦੇਸ਼ ਦੇ ਵਿੱਚ, ਹਰਿਆਣੇ ਦੀ ਸਾਰੀ ਮਲਾਈ ਕਹਿ ਸਕਦੇ ਹਾਂ ਆਪਾਂ ਲੈ ਕੇ ਗਏ ਆ, ਉਹ ਚੰਗੀਆਂ ਮੱਝਾਂ ਦੀ ਕਲੈਕਸ਼ਨ ਇੱਕ ਕਰਕੇ ਲੈ ਕੇ ਗਏ ਆ, ਚੰਗੀਆਂ ਮੱਝਾਂ ਛਾਂਟ ਕੇ ਲੈ ਕੇ ਗਏ ਆ ਹਰਿਆਣੇ ਦੇ ਵਿੱਚੋਂ। ਤਾਂ ਉਹਨਾਂ ਨੂੰ ਬਰੀਡਿੰਗ ਕਰਨ ਦਾ ਕਹਿ ਸਕਦੇ ਹਾਂ ਵੀ ਬਹੁਤ ਇੱਕ ਨੌਲੇਜ ਸੀਗੀ, ਹੈ ਨਾ, ਤਾਂ ਹੀ ਇਹ ਜਿਹੀਆਂ ਮੱਝਾਂ ਲੈ ਕੇ ਗਏ ਆ, ਉਹ ਚੰਗੀ ਕੀਮਤ ਦੇ ਉੱਤੇ ਖਰੀਦ ਕੇ ਲੈ ਕੇ ਗਏ ਹੈਗੇ। ਅਤੇ ਇਹਨਾਂ ਮੱਝਾਂ ਦੀ ਜਿੰਨੀ ਕੀਮਤ ਲੱਗੀ ਹੈ, ਜਿਵੇਂ ਮੱਝ ਸੁਣਦੇ ਹਾਂ ਵੀ 16-17 ਲੱਖ ਦੀ ਸੇਲ ਹੋਈ ਸੀਗੀ, ਵੀ ਇਹ ਮੱਝਾਂ ਇੰਨੇ ਵਾਲੀਆਂ ਹੈਗੇ, ਹੈ ਨਾ, ਇੰਨਾ ਇੰਨਾ ਦੁੱਧ ਅਤੇ ਬਿਊਟੀ ਵੀ ਹੈਗੀ ਹੈ ਜਦੋਂ, ਤਾਂ ਇਹ ਮੱਝਾਂ ਇੰਨੇ ਆਪਾਂ ਕਹਿ ਸਕਦੇ ਹਾਂ ਵੀ ਇਹ ਇੰਨੀ ਕੀਮਤ ਦੀਆਂ ਮੱਝਾਂ ਸੀਗੀਆਂ, ਇਦੋਂ ਘੱਟ ਇਹਨਾਂ ਦੀ ਕੀਮਤ ਲੱਗਣੀ ਚਾਹੀਦੀ ਵੀ ਨਹੀਂ ਹੈਗੀ, ਹੈ ਨਾ। ਤਾਂ ਉਹਨਾਂ ਨੇ ਲਾਈ ਵੀ ਹੈ ਪੂਰਾ ਮੁੱਲ ਦੇ ਕੇ ਮੱਝਾਂ ਖਰੀਦ ਕੇ ਲੈ ਕੇ ਗਈ ਹੈਗੀ। ਅਤੇ ਮੱਝ ਤੁਸੀਂ ਦੇਖ ਲਈ ਬਹੁਤ ਜ਼ਿਆਦਾ ਸੋਹਣੀ, ਹੈ ਨਾ। ਉਦੋਂ ਬਾਅਦ ਇਸ ਮੱਝ ਦੇ ਉੱਤੇ ਫਿਰ ਉਹਨਾਂ ਨੇ ਰਾਕੇ ਦਾ ਸੀਮਨ ਲਾਇਆ, ਕਿਉਂਕਿ ਰਾਕੇ ਦੀ ਜਿਹੜੀ ਪ੍ਰੋਜਨੀ ਉਹ ਬਹੁਤ ਜ਼ਿਆਦਾ ਵਧੀਆ ਆਈ ਸੀਗੀ, ਸਾਰੇ ਹਰਿਆਣੇ ਪੰਜਾਬ ਦੇ ਵਿੱਚ ਲੋਕ ਜਾਣਦੇ ਆ ਰਾਕੇ ਨੂੰ,
ਅਤੇ ਰਾਕਾ ਇੱਧਰੋਂ ਲੈ ਕੇ ਗਏ ਉਹਨਾਂ ਨੇ, ਨਾਂ ਉਹਦਾ ਰੱਖਿਆ ਰਾਜੂ, ਅਤੇ ਰਾਕੇ ਦਾ ਸੀਮਨ ਉਹਨਾਂ ਨੇ ਇਸੇ ਮੱਝ ਦੇ ਉੱਤੇ ਲਾਇਆ। ਇਹਦੇ ਉੱਤੋਂ ਇੱਕ ਉਹਨਾਂ ਨੇ ਬੱਚਾ ਤਿਆਰ ਕੀਤਾ ਰਾਕੇ ਦਾ ਅਤੇ ਇਸ ਰਾਣੀ ਮੱਝ ਦਾ, ਉਹਦਾ ਨਾਂ ਚੇਤਨ ਬੁੱਲ ਹੈ। ਚੇਤਨ ਬੁੱਲ ਵੀ ਬਹੁਤ ਜ਼ਿਆਦਾ ਸੋਹਣਾ ਬਿਊਟੀ ਵਾਲਾ, ਅਤੇ ਉਮਰ ਛੋਟੀ ਜਿਹੀ ਉਮਰ ਦਾ ਹਜੇ ਸਾਲ ਹੈ, ਉਹ ਬਹੁਤ ਜ਼ਿਆਦਾ ਬਿਊਟੀ ਹੈ ਉਹਦੇ ਵਿੱਚ ਵੀ, ਸੋਹਣਾ ਬਹੁਤ ਜ਼ਿਆਦਾ ਹੈ ਕਿਉਂਕਿ ਬਲੱਡ ਲੈਣ ਬਹੁਤ ਜ਼ਿਆਦਾ ਚੰਗੀ ਹੈ ਦੁੱਧ ਪੱਖੋਂ ਵੀ ਅਤੇ ਬਿਊਟੀ ਪੱਖੋਂ ਵੀ, ਅਤੇ ਬਹੁਤ ਜ਼ਿਆਦਾ ਸੋਹਣਾ ਸਾਣ ਆ ਉਹ ਵੀ, ਉੱਚਾ ਲੰਮਾ ਵਧੀਆ ਕੱਦ ਕਾਠੀ ਦਾ ਸਾਣ ਹੈ, ਸਿੰਗ ਸੁੰਗ ਬਹੁਤ ਜ਼ਿਆਦਾ ਵਧੀਆ, ਅਤੇ ਰਿਕਾਰਡ ਬਾਕੀ ਸਭ ਤੋਂ ਬੈਸਟ ਹੈ ਨਾ। ਤਾਂ ਇਹ ਹੋ ਗਿਆ ਰਾਕੇ ਦਾ ਅਤੇ ਰਾਣੀ ਦਾ ਬੱਚਾ। ਅਤੇ ਉਦੋਂ ਬਾਅਦ ਉਹਨਾਂ ਨੇ ਗੋਲੂ ਦਾ ਸੀਮਨ ਲਾਇਆ, ਗੋਲੂ ਦਾ ਸੀਮਨ ਲਾਇਆ ਇਸੇ ਮੱਝ ਅਤੇ ਰਾਣੀ 'ਤੇ। ਉਹ ਤੋਂ ਜਿਹੜਾ ਬੱਚਾ ਉਹਨਾਂ ਨੇ ਤਿਆਰ ਕੀਤਾ ਉਹਦਾ ਨਾਂ ਹੈ ਅਭਿਮਨਿਊ, ਅਤੇ ਅਭਿਮਨਿਊ ਬੁੱਲ ਤਿਆਰ ਕੀਤਾ ਇਸੇ ਮੱਝ ਦੇ ਉੱਤੇ ਉਹਨਾਂ ਨੇ ਗੋਲੂ ਦਾ ਸੀਮਨ ਲਾ ਕੇ, ਅਤੇ ਅਭਿਮਨਿਊ ਦੀ ਜਿਹੜੀ ਮਾਂ ਹੋ ਗਈ ਉਹ ਰਾਣੀ ਹੋ ਗਈ, ਅਤੇ ਜਿਹੜਾ ਅਭਿਮਨਿਊ ਦਾ ਬਾਪ ਹੋ ਗਿਆ ਉਹ ਹੋ ਗਿਆ ਗੋਲੂ। ਅਤੇ ਅਭਿਮਨਿਊ ਦੀ ਡੇਟ ਆਫ ਬਰਥ ਹੈ ਜਿਹੜੀ ਉਹ 29/11/2013। ਅਤੇ ਅਭਿਮਨਿਊ ਵੀ ਬਹੁਤ ਜ਼ਿਆਦਾ ਸੋਹਣਾ ਬੁੱਲ ਹੈ ਕਿਉਂਕਿ ਮਾਂ ਪੱਖੋਂ ਰਿਕਾਰਡ ਇਹਦਾ ਬਹੁਤ ਜ਼ਿਆਦਾ ਚੰਗਾ ਹੋ ਗਿਆ। ਗੋਲੂ ਵੀ ਸਾਰਿਆਂ ਨੇ ਸੁਣਿਆ ਹੋਊਗਾ, ਇਹ ਬਹੁਤ ਜ਼ਿਆਦਾ ਚੰਗਾ ਸਾਣ ਸੀਗਾ, ਅਤੇ ਅਭਿਮਨਿਊ ਆ ਬਹੁਤ ਜ਼ਿਆਦਾ ਸੋਹਣਾ। ਤੁਸੀਂ ਦੇਖ ਰਹੇ ਹੋ ਹੁਣ ਵੀ ਕਿਹੜੇ ਹਿਸਾਬ ਨਾਲ ਇਹਦੀ ਖੜਨੀ ਬਹੁਤ ਜ਼ਿਆਦਾ ਸੋਹਣੀ ਹੈ, ਬਹੁਤ ਟੌਪ ਦਾ ਬੁੱਲ ਹੈ ਇਹ, ਬਹੁਤ ਵੱਡੇ ਵੱਡੇ ਸਰੀਰਾਂ ਦੇ ਦੋਨੇ ਬੁੱਲ ਇਹ ਹੈਗੇ, ਕੱਦ ਕਾਠੀ ਬਹੁਤ ਜ਼ਿਆਦਾ ਸੋਹਣੀ ਹੈ ਇਹਨਾਂ ਦੀ, ਸਿੰਗ ਬਹੁਤ ਜ਼ਿਆਦਾ ਸੋਹਣਾ ਅਭਿਮਨਿਊ ਦਾ ਸਿੰਗ, ਦੇਖ ਲਓ ਨਾ ਕਿੰਨਾ ਜ਼ਿਆਦਾ ਸੋਹਣਾ। ਬਾਕੀ ਖੜਨੀ ਬਹੁਤ ਜ਼ਿਆਦਾ ਸੋਹਣੀ ਹੈਗੀ ਬੁੱਲ ਦੀ, ਬਰੀਡ ਕਰੈਕਟਰ ਹੈ ਜਿਹੜੇ ਉਹ ਸ਼ੋ ਹੁੰਦੇ ਹੈਗੇ ਵੀ ਹਾਂ ਬਾਕੀ ਇੱਕ ਚੰਗੀ ਬਰੀਡ ਹੈਗੀ ਹੈਗੀ ਇਹਦੇ ਇਸ ਬੁੱਲ ਦੇ ਵਿੱਚ, ਹੈ ਨਾ। ਤਾਂ ਬਾਕੀ ਰਿਕਾਰਡ ਬਹੁਤ ਜ਼ਿਆਦਾ ਚੰਗਾ ਹੋ ਗਿਆ, ਬਿਊਟੀ ਬਹੁਤ ਜ਼ਿਆਦਾ, ਬਹੁਤ ਬਿਊਟੀ ਵੀ ਆ ਗਈ ਇਹਦੇ ਵਿੱਚ, ਹੈ ਨਾ। ਦੋਨੇ ਚੀਜ਼ਾਂ ਬੁੱਲ ਦੇ ਵਿੱਚ ਆ ਜਾਣ ਤਾਂ ਉਦੋਂ ਬਾਅਦ ਬੱਚੇ ਬਹੁਤ ਜ਼ਿਆਦਾ ਸੋਹਣੇ ਆ ਜਾਂਦੇ ਇਹਨਾਂ ਦੇ, ਅਤੇ ਦੁੱਧ ਪੱਖੋਂ ਤਾਂ ਚਲੋ ਆਉਣਾ ਹੀ ਆਉਣਾ, ਹੈ ਨਾ ਦੁੱਧ ਤਾਂ, ਕਿਉਂਕਿ ਆਪਾਂ ਕੀ ਚੀਜ਼ ਦੇਖ ਸਕਦੇ ਹੁੰਦੇ ਹਾਂਗੇ ਬਰੀਡ, ਜਦੋਂ ਆਪਾਂ ਕੋਈ ਵੀ ਆਪਦੇ ਸੀਮਨ ਲਾਉਣਾ ਹੈਗਾ ਆਪਣੇ ਫਾਰਮ ਦੇ ਉੱਤੇ, ਹੈ ਨਾ ਆਪਣੇ ਘਰੇ ਜਦੋਂ ਆਪਾਂ ਸੀਮਨ ਵਰਤਦੇ ਹਾਂ, ਆਪਾਂ ਸਿਰਫ ਮਾਂ ਪਿਓ ਜਾਂ ਉਹਨਾਂ ਦਾ ਪਿਛੋਕੜ ਦੇਖ ਸਕਦੇ ਹਾਂਗੇ, ਤਾਂ ਉਹ ਇਹਨਾਂ ਬੁੱਲਾਂ ਦਾ ਜਿਹੜਾ ਪਿਛੋਕੜ ਹੈ ਬਹੁਤ ਜ਼ਿਆਦਾ ਚੰਗਾ ਹੈਗਾ ਕਿਉਂਕਿ ਹਰਿਆਣੇ ਦੀ ਬਰੀਡ ਮੰਨੀ ਹੋਈ ਹੈ। ਤਾਂ ਜੇ ਹਰਿਆਣੇ ਦੀ ਬਰੀਡ ਕਿਤੇ ਵੀ ਜਾਂਦੀ ਹੈ, ਹਰਿਆਣੇ 'ਚ ਜਾਂਦੀ ਹੈ, ਪੰਜਾਬ 'ਚ ਜਾਂਦੀ ਹੈ, ਰਾਜਸਥਾਨ 'ਚ ਜਾਂਦੀ ਹੈ ਜਾਂ ਆਂਧਰਾ 'ਚ ਜਾਂਦੀ ਹੈ, ਤਾਂ ਉਹ ਬਰੀਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਟੌਪ ਦੀ ਹੀ ਰਹਿਣੀ ਹੈ, ਉਹ ਬਰੀਡ ਬਦਲ ਨਹੀਂ ਲੱਗੀ, ਹੈ ਨਾ। ਉਹਨਾਂ ਦਾ ਖਾਣ ਪੀਣ ਦਾ ਚੇਂਜ ਹੋ ਸਕਦਾ, ਦੁੱਧ ਵੱਧ ਘੱਟ ਸਕਦਾ ਹੈਗਾ, ਪਰ ਜਿਹੜੀ ਬਰੀਡ ਹੈ ਉਹ ਇਹ ਪੁਰਾਣੀ ਪਿਛਲੀਆਂ ਪੀੜ੍ਹੀਆਂ ਤੋਂ ਚੱਲੀ ਤੁਰੀ ਆਉਂਦੀ ਹੈਗੀ, ਇਸ ਕਰਕੇ ਇਹਦਾ ਇਹ ਨਹੀਂ ਹੈ ਵੀ ਉਹ ਆਂਧਰਾ 'ਚ ਜਾ ਕੇ ਮਾੜੀ ਹੋਊਗੀ ਜਾਂ ਪੰਜਾਬ 'ਚ ਜਾ ਕੇ ਮਾੜੀ ਹੋਊਗੀ, ਤਾਂ ਜਿੱਥੇ ਵੀ ਜਾਊਗੀ ਉਹ ਚੰਗੀ ਹੀ ਰਹਿਣੀ ਹੈ, ਉਸਨੇ ਚੰਗੀ ਮੱਝ ਹੈ ਜਿਹੜੀ ਸੇਲ ਹੋ ਕੇ ਕਿਤੇ ਵੀ ਜਾਂਦੀ ਹੈ। ਆਂਧਰਾ ਵਾਲਿਆਂ ਦੀ ਇਹ ਖਾਸੀਅਤ ਹੈ ਵੀ ਉਹਨਾਂ ਨੇ ਪੈਸਾ ਨਹੀਂ ਦੇਖਿਆ, ਉਹਨਾਂ ਨੇ ਚੰਗੀਆਂ ਮੱਝਾਂ ਦੇਖ ਕੇ ਲੈ ਕੇ ਗਏ ਆ ਉਹ ਇੱਧਰੋਂ ਛਾਂਟ ਕੇ, ਹੈ ਨਾ, ਤਾਂ ਚਵਾਈਆਂ ਕਰਕੇ ਤਾਂ ਹੀ ਇੰਨਾ ਇੰਨਾ ਪੈਸਾ ਉਹਨਾਂ ਨੇ ਲਾਇਆ। ਤਾਂ ਉਹ ਉਹਨਾਂ ਨੇ ਜਾ ਕੇ ਬਰੀਡਿੰਗ ਕੀਤੀ, ਤਾਂ ਉਹਨਾਂ ਦੀ ਬਰੀਡਿੰਗ ਹੈ ਜਿਹੜੀ ਉਹ ਬੈਸਟ ਬਰੀਡਿੰਗ ਹੈ, ਬਹੁਤ ਵਧੀਆ ਬਰੀਡਿੰਗ ਹੈ ਉਹ, ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਬਰੀਡਿੰਗ ਹੈ ਜਿਹੜੀ ਉਹ ਮਾੜੀ ਨਹੀਂ ਕਹਿ ਸਕਦੇ ਆਪਾਂ ਉਸਨੂੰ, ਹੈ ਨਾ। ਜਿਹੜੇ ਰਿਕਾਰਡ ਹੈ ਉਹ HLE ਦੇ ਵਿੱਚ ਇੱਧਰ ਵੀ ਰਿਕਾਰਡ ਹੋਇਆ, ਉਹਨਾਂ ਨੇ ਵੀ ਕਰਵਾਇਆ ਜਾ ਕੇ, ਬਾਕੀ ਇੰਨਾ ਇੰਨਾ ਪੈਸਾ ਉਹਨਾਂ ਨੇ ਮੇਰੇ ਹਿਸਾਬ ਨਾਲ ਵੀ ਤਾਂ ਹੀ ਲਾਇਆ ਹੋਣਾ, ਹੈ ਨਾ, ਵੀ ਦੁੱਧ ਚੰਗਾ ਦੇਖ ਕੇ ਲੈ ਕੇ ਗਏ ਹੈਗੇ ਉਹ। ਤਾਂ ਇਹਦੇ ਵਿੱਚ ਚੰਗੀ ਜਿਹੜੀ ਬਰੀਡ ਉਹਨਾਂ ਕੋਲ ਪਹੁੰਚ ਗਈ ਉਹ, ਬਾਕੀ ਉਹ ਆਪ ਲਗਾਤਾਰ ਹੁਣ ਵੀ ਬਰੀਡ ਜਿਹੜੀ ਤਿਆਰ ਕਰ ਰਹੇ ਹੈਗੇ, ਹੁਣ ਵੀ ਉਹ ਚੰਗੀਆਂ ਮੱਝਾਂ ਦੀ ਕਲੈਕਸ਼ਨ ਇੱਕ ਕਰ ਰਹੇ ਹੈਗੇ, ਦੇਖ ਕੇ ਮੱਝਾਂ ਉਹ ਲੈ ਕੇ ਜਾਂਦੇ ਹੈਗੇ ਛਾਂਟ ਕੇ। ਤਾਂ ਜਿਹੜਾ ਅਭਿਮਨਿਊ ਬੁੱਲ ਹੈ ਉਹਦਾ ਵੀ ਤੁਹਾਨੂੰ ਸਾਰਾ ਡਿਟੇਲ ਹੈ, ਜਿਹੜੀ ਬਾਇਓਡਾਟਾ ਉਹ ਪਤਾ ਲੱਗ ਗਿਆ, ਹੈ ਨਾ। ਤਾਂ ਇਹ ਬਹੁਤ ਜ਼ਿਆਦਾ ਸੋਹਣਾ ਬੁੱਲ ਹੈ, ਅਤੇ ਚੇਤਨ ਬੁੱਲ ਦਾ ਅਤੇ ਅਭਿਮਨਿਊ ਬੁੱਲ ਦਾ ਦੋਨਾਂ ਦਾ ਜਿਹੜਾ ਸੀਮਣ ਹੈ ਉਹ ਪੰਜਾਬ ਹਰਿਆਣੇ ਦੇ ਵਿੱਚ ਅਵੇਲੇਬਲ ਹੈਗਾ ਹੈਗਾ, ਤਾਂ ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਇਹ ਵਧੀਆ ਲੱਗੇ। ਤਾਂ ਜਿਹੜੀ ਮਾਂ ਰਾਣੀ ਉਹ ਬਹੁਤ ਟੌਪ ਦੀ ਹੋਊਗੀ, ਰਾਕਾ ਬਹੁਤ ਟੌਪ ਦਾ, ਜਿਹੜੀ ਬਲੱਡ ਲਾਈਨ ਹੋਊਗੀ ਇਹਨਾਂ ਦੀ, ਹੈ ਨਾ। ਤਾਂ ਦੋਨਾਂ ਦਾ ਜਿਹੜਾ ਸੁਮੇਲ ਹੈ ਉਹ ਇਹਨਾਂ ਬੁੱਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਤਾਂ ਬਹੁਤ ਬਹੁਤ ਧੰਨਵਾਦ ਬਾਈ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਤਾਂ ਅੱਗੇ ਹੋਰ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਉਂਦੇ ਰਹਾਂਗੇ। ਤਾਂ ਜਿਹੜੇ ਵੀਰ ਚੈਨਲ 'ਤੇ ਪਹਿਲੀ ਵਾਰ ਆਏ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।